ਹਾਂਜੀ ਭਾਅ ਜੀ ਕੀ ਮਾਮਲਾ ਹੈ? ਜੋ ਮੋਦੀ ਨੇ ਐਨ ਆਰ ਸੀ ਦਾ ਕਾਨੂੰਨ ਲਾਗੂ ਕੀਤਾ ਆ, ਅਸੀਂ ਉਸ ਕਾਨੂੰਨ ਦੇ ਸਖ਼ਤ ਖਿਲਾਫ਼ ਹਾਂ। ਜੋ ਉਹ ਇਸ ਟਾਈਮ ਇਸ ਦੇਸ਼ ਦੇ ਜੋ ਬਾਬਾ ਸਾਹਿਬ ਅੰਬੇਡਕਰ ਨੇ ਇਸ ਦੇਸ਼ ਦੇ ਹਰ ਇੱਕ ਨਾਗਰਿਕ ਨੂੰ, ਹਰ ਇੱਕ ਧਰਮ ਨੂੰ ਨਾਗਰਿਕਤਾ ਅਧਿਕਾਰ ਦਿੱਤਾ ਆ, ਅਸੀਂ ਉਸ ਨਾਗਰਿਕਤਾ ਦੇ ਅਧਿਕਾਰ ਨੂੰ ਕਦੀ ਰੱਦ ਨਹੀਂ ਕਰਾਂਗੇ। ਔਰ ਅਸੀਂ ਕਦੀ ਵੀ ਜਿਹੜੀ ਮੋਦੀ ਸਰਕਾਰ ਜੋ ਚਾਹੁੰਦੀ ਆ, ਜੋ ਮੋਦੀ ਸਰਕਾਰ ਚਾਹੁੰਦੀ ਕਿ ਭਾਰਤ ਦੇਸ਼ ਦਾ ਬ੍ਰਾਹਮਣੀਕਰਨ ਕਰਨਾ, ਹਿੰਦੂ ਕਰਨ ਨਹੀਂ ਬ੍ਰਾਹਮਣੀਕਰਨ। ਕਿਉਂਕਿ ਇਸ ਟਾਈਮ ਤੁਸੀਂ ਦੇਖੋ ਇਸ ਦੇਸ਼ ਦੀਆਂ ਹਰ ਇੱਕ ਰਾਜ ਦਾ ਜਿਹੜਾ ਰਾਸ਼ਟਰਪਤੀ ਆ, ਰਾਸ਼ਟਰਪਤੀ ਵੀ ਹਿੰਦੂ ਆ, ਪ੍ਰਧਾਨ ਮੰਤਰੀ ਵੀ ਹਿੰਦੂ ਆ, ਫਿਰ ਹਰ ਇੱਕ ਰਾਜ ਦਾ ਜਿਹੜਾ ਮੁੱਖ ਮੰਤਰੀ ਆ ਉਹ ਵੀ ਹਿੰਦੂ ਆ, ਤਿੰਨੋਂ ਸੈਨਾਵਾਂ ਦੇ ਜਿਹੜੇ ਉੱਚ ਅਧਿਕਾਰੀ ਆ ਸਾਰੇ ਹਿੰਦੂ ਆ। ਕਹਿਣ ਦਾ ਭਾਵ ਕਿ ਹਿੰਦੂਆਂ ਨੂੰ ਖਤਰਾ ਕਿੱਥੋਂ ਆ? ਇਹ ਹਿੰਦੂ ਰਾਸ਼ਟਰ ਨਹੀਂ, ਇਹ ਬ੍ਰਾਹਮਣ ਰਾਸ਼ਟਰ ਬਣਾਉਣਾ ਚਾਹੁੰਦੇ ਆ, ਜਿਹੜਾ ਅਸੀਂ ਕਦੀ ਵੀ ਨਹੀਂ ਹੋਣ ਦੇਵਾਂਗੇ। ਜੋ ਇਹ ਇਸ ਟਾਈਮ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਵਾਰ ਵਾਰ ਕੋਸ਼ਿਸ਼ਾਂ ਕਰ ਰਹੇ ਆ, ਸੰਵਿਧਾਨ ਨੂੰ ਭੰਗ ਕਰਨ ਦੀਆਂ ਵਾਰ ਵਾਰ ਕੋਸ਼ਿਸ਼ਾਂ ਕਰ ਰਹੇ ਆ, ਜੋ ਦਲਿਤ ਸਮਾਜ ਤੇ, ਸਿੱਖ ਸਮਾਜ ਤੇ, ਮੁਸਲਿਮ ਸਮਾਜ ਤੇ ਵਾਰ ਵਾਰ ਹਮਲਾ ਹੋ ਰਿਹਾ ਆ, ਅਸੀਂ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਾਂਗੇ। ਜੇਕਰ ਮੁਸਲਿਮ ਸਮਾਜ ਦੀ ਨਾਗਰਿਕਤਾ ਨੂੰ ਭੰਗ ਕੀਤਾ ਗਿਆ ਤਾਂ ਮੁਸਲਿਮ ਸਮਾਜ ਤੋਂ ਮੋਹਰੇ ਦਲਿਤ ਸਮਾਜ ਮੋਹਰੇ ਖੜਾ ਹੋ ਕੇ ਲੜੂਗਾ, ਕਿਉਂਕਿ ਇਹ ਜੋ ਹੱਕ ਦਿੱਤੇ ਆ ਇਹ ਸਾਨੂੰ ਬਾਬਾ ਸਾਹਿਬ ਅੰਬੇਡਕਰ ਨੇ ਦਿੱਤੇ ਆ, ਔਰ ਅਸੀਂ ਭਾਰਤ ਦੇ ਸੰਵਿਧਾਨ ਨੂੰ ਕਦੀ ਖਤਮ ਹੋਣ ਨਹੀਂ ਦੇਵਾਂਗੇ। ਕਈ ਸਾਲਾਂ ਦੇ ਵਿੱਚ ਸਾਡੇ ਗੁਰੂ ਜੀ ਦੀ ਨਗਰ ਕੀਰਤਨ ਕੱਢੇ ਜਾਂਦੇ ਸੀਗੇ, ਪਰ ਯੂਪੀ ਸਰਕਾਰ ਨਹੀਂ, ਕੱਟੜਤਾ ਸਰਕਾਰ ਜਿਹੜੀ ਸਾਡੇ ਸਿੱਖ ਭਰਾਵਾਂ 'ਚ ਅੱਜ ਪਰਚੇ ਕੀਤੇ ਗਏ। ਬੋਲੋ ਇਹ ਸੰਵਿਧਾਨ ਦੇ ਖਿਲਾਫ ਹੈ ਕਿ ਨਹੀਂ? ਪਹਿਲਾਂ ਦਲਿਤਾਂ ਨਾਲ ਧੱਕਾ, ਫਿਰ ਬਾਅਦ 'ਚ ਮੁਸਲਮਾਨਾਂ ਨਾਲ, ਅੱਜ ਸਿੱਖ ਭਰਾਵਾਂ ਨਾਲ, ਦਲਿਤਾਂ ਨਾਲ, ਸਿੱਖਾਂ ਭਰਾਵਾਂ ਨਾਲ ਵੀ ਧੱਕਾ ਕੀਤਾ ਗਿਆ ਪਰਚਾ ਕਰਕੇ। ਮੋਦੀ ਸਰਕਾਰ ਸਿਰਫ ਬ੍ਰਾਹਮਣ ਰਾਸ਼ਟਰ ਲਿਆਉਣਾ ਚਾਹੁੰਦੀ ਆ, ਨਾ ਕਿ ਹਿੰਦੂ ਸੰਗਠਨ। ਅੱਜ ਆਪਾਂ ਸਾਰੇ ਰਲ ਕੇ ਇਹਦਾ ਵਿਰੋਧ ਕਰਦੇ ਹਾਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੋਂ ਵੱਧ ਕੇ ਵਿਰੋਧ ਕਰਾਂਗੇ। ਪਹਿਲਾਂ ਤਾਂ ਭਾਅ ਜੀ ਸਾਰੇ ਭਰਾਵਾਂ ਦਾ ਸ਼ੁਕਰੀਆ ਜਿਹੜਾ ਸਾਡੇ ਨਾਲ ਇੱਥੇ ਰਲੇ ਆ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਸਾਡੇ ਲੋਕਾਂ ਦੀ ਗਿਣਤੀ ਬਹੁਤ ਘੱਟ ਜੇ ਅਸੀਂ ਇਕੱਲੇ ਪ੍ਰਦਰਸ਼ਨ ਕਰਦੇ ਤਾਂ ਸ਼ਾਇਦ ਕੋਈ ਸਾਡੀ ਗੱਲ ਨਾ ਸੁਣਦਾ। ਅੱਜ ਸਾਰੇ ਭਰਾ ਰਲੇ ਆ, ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ। ਕੱਲ੍ਹ ਕਦੀ ਇਹਨਾਂ ਨੂੰ ਲੋੜ ਪਏਗੀ ਤਾਂ ਅਸੀਂ ਇਹਨਾਂ ਨਾਲ ਬਿਲਕੁਲ ਹਿੱਕ ਨਾ ਹਿੱਕ ਲਾ ਕੇ ਖੜੇ ਹੋਵਾਂਗੇ। ਬਾਕੀ ਜਿਹੜਾ ਕਾਨੂੰਨ ਹੈ ਉਹ ਸਾਡੇ 'ਤੇ ਲਾਗੂ ਕੀਤਾ ਗਿਆ ਹੈ, ਔਰ ਬਾਈ ਨੇਮ ਲਾਗੂ ਕੀਤਾ ਗਿਆ ਕਿ ਇਹ ਮੁਸਲਮਾਨਾਂ 'ਤੇ ਲਾਗੂ ਹੈ। ਪਰ ਇਹ ਸਾਰੇ ਸਮਝਣ ਕਿ ਹਿੰਦੂਆਂ ਤੋਂ ਬਾਅਦ ਸਭ ਤੋਂ ਵੱਡੀ ਕੌਮ ਇੰਡੀਆ ਦੇ ਵਿੱਚ ਉਹ ਮੁਸਲਮਾਨ, ਜੇ ਮੁਸਲਮਾਨਾਂ 'ਤੇ ਲਾਗੂ ਹੋ ਗਿਆ ਤਾਂ ਬਚਣਾ ਕੋਈ ਨਹੀਂ।